20 ਸਾਲਾ ਲੜਕੀ ਨਾਲ ਸਮੂਹਿਕ ਜਬਰਜਨਾਹ। ਫਾਜ਼ਿਲਕਾ ਵਿਖੇ ਇੱਕ 20 ਸਾਲਾ ਲੜਕੀ ਨੇ ਇੱਕ ਪੁਲਿਸ ਮੁਲਾਜ਼ਮ, ਇੱਕ ਸਾਬਕਾ ਸਰਪੰਚ ਅਤੇ ਉਸਦੇ ਸਾਥੀਆਂ ਉੱਪਰ ਉਸ ਨਾਲ ਸਮੂਹਿਕ ਜਬਰਜਨਾਹ ਕਰਨ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਪੀੜਤ ਲੜਕੀ ਨੇ ਦੱਸਿਆ ਕਿ ਮਾਮਲਾ 27 ਜੁਲਾਈ ਦਾ ਹੈ, ਜਦੋਂ ਉਹ ਆਪਣੇ ਪਿੰਡ ਜਾਣ ਲਈ ਟੈਂਪੂ ਦੀ ਉਡੀਕ ਕਰ ਰਹੀ ਸੀ ਕਿ ਇੱਕ ਪੁਲਿਸ ਮੁਲਾਜ਼ਮ, ਇੱਕ ਸਾਬਕਾ ਸਰਪੰਚ ਅਤੇ ਉਸਦੇ ਸਾਥੀ ਉਸ ਨੂੰ ਪਿੰਡ ਛੱਡਣ ਦੇ ਬਹਾਨੇ ਕਾਰ ਵਿੱਚ ਬਿਠਾ ਕੇ ਕਿਸੇ ਹੋਰ ਜਗ੍ਹਾ 'ਤੇ ਲੈ ਗਏ, ਜਿੱਥੇ ਕਿ ਪੁਲਿਸ ਮੁਲਾਜ਼ਮ, ਸਾਬਕਾ ਸਰਪੰਚ ਅਤੇ ਉਸਦੇ ਸਾਥੀਆਂ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਵਾਰ ਵਾਰ ਉਸ ਨਾਲ ਸਮੂਹਿਕ ਜਬਰਜਨਾਹ ਕੀਤਾ। ਇਸ ਸੰਬੰਧੀ ਪੀੜਿਤ ਲੜਕੀ ਅਤੇ ਉਸਦੀ ਮਾਤਾ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਸਾਡੇ ਨਾਲ ਇਹ ਹੋਇਆ ਹੈ, ਉਸ ਤੋਂ ਬਾਅਦ ਇੱਥੇ ਮਕਾਨ ਡਰਾਉਣ, ਮਤਲਬ ਮੈਂ ਪਰ ਆਪਣੇ ਘਰ ਅੰਦਰ ਦਰਵਾਜ਼ਾ ਸਿੰਘ, ਸਾਬਕਾ ਸਰਪੰਚ ਸਿੰਘ ਅਤੇ ਸ਼ਿੰਦਰਪਾਲ ਇਹ ਕੀਤਾ ਕਰਾਇਆ ਸਾਰਾ 6 ਬਟਾਲੀਅਨ ਹੋਮਗਾਰਡ ਦੀ, ਉਹਦੇ ਨਾਲ ਸਾਡੀ ਲਾਗ ਇੱਕੋ ਦਫ਼ਤਰ ਕੰਮ ਕਰਦੇ ਨੇ, ਉਹ ਤੂਫਾਨ ਉਹਨਾਂ ਦੇ ਨਾਲ ਸਾਡੇ ਨਾਲ ਇੱਕ ਗੁਰਸੇਵਕ ਸ਼ਿੰਦਰ ਕੰਪਨੀ 'ਚ ਆ ਰਹੀ ਸੀ, ਮੈਂ ਟੈਂਪੂ ਦੀ ਵੇਟ ਕਰ ਦਾਂਗੇ ਤੇ ਸਾਡੇ ਪਿੰਡ ਤੋਂ ਆਉਂਦੇ ਨੇ, ਮੈਂ ਕਿਹਾ ਚੱਲ ਸਾਬਕਾ ਸਰਪੰਚ ਮੈਂ ਭਰੋਸਾ ਕਰਕੇ ਬੈਠ ਗਈ ਸੀ, ਲੈਂਦੇ ਨੇ ਅਕਸਰ ਹੀ ਇਹਨਾਂ ਨੇ ਮੇਰੇ ਵਿਸ਼ਵਾਸ ਇਹਨਾਂ ਨੇ ਗਲਤ ਫਾਇਦਾ ਉਠਾਇਆ ਤੇ ਮੈਨੂੰ ਕਿਸੇ ਹੋਰ ਜਗ੍ਹਾ ਤੇ ਲਿਜਾਏ, ਮੈਨੂੰ ਰਾਸਤੇ 'ਚ ਕੋਲ ਬੇਹੋਸ਼ ਹੋ ਗਈ ਜਦੋਂ ਇਹਨਾਂ ਨੇ ਪਤਾ ਇਹ ਅਕਾਲੀ ਇਹ ਬਹੁਤ ਇਹਨਾਂ ਕੋਲ ਅਸਲੇ ਵੀ ਨੇ ਡਰਾਉਂਦੇ ਸੀ ਤੇ ਕੰਪਨੀ ਤਾਗਾ ਮਿਲ 'ਚ ਕੰਮ ਕਰਦਾ, ਸਾਡੇ ਬ੍ਰਦਰ ਹੈ ਨੀ, ਸਾਡੇ ਦੇਹਾਂਤ ਹੋਇਆ ਤੇ 2 ਸਾਲ, ਇਸ ਕਰਕੇ ਮੈਂ ਉੱਥੇ ਕੰਮ ਵਾਪਸ ਸਮਾਨ ਲੈਣ ਵਾ ਜਦੋਂ ਮੈਂ ਹਟ ਕੇ ਆਈ ਸੀ, ਇਹਨਾਂ ਨਾਲ ਤਾਂ ਨੀ ਸਾਡੀ ਮੈਡਮ ਪੱਗ ਬਾਜੋ, ਮੈਂ ਮੰਮੀ ਨੀਆਂ ਨੂੰ ਚੁਕਵਾ ਦਾਂਗੀ ਤੁਹਾਨੂੰ ਦਾ ਹੱਥ ਹੋਵੇ ਵਿੱਚ, ਮੀਨ ਦਾ ਰੌਲਾ ਬਹੁਤ ਦੇਰ ਤੋਂ ਚੱਲ, ਇਹਦੇ ਕਰਕੇ ਉਹ ਕਹਿੰਦੀ ਸੀ ਵੀ ਮੇਰੇ ਨਾ ਦੇ ਨਹੀਂ ਤਾਂ ਮੈਂ ਤੇਰੀ ਕੁੜੀਆਂ ਨੂੰ ਚੁਕਾਉਂਦੀ ਹੁੰਦੀ ਸੀ ਤੇ ਕੋਈ ਨਾ ਕੋਈ ਕਾਰਵਾਈ ਜੇ ਯਾਦ ਨਾ ਘੁੰਮ, ਇਹਨਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ, ਤਿੰਨੋ ਹੀ ਕਰ ਰਹੇ ਸੀ ਇਹ ਵੀ ਆਪ ਦੇ ਕਹਿਣ ਤੇ ਇਹਨਾਂ ਸਾਰਾ ਕੰਮ ਕੀਤਾ, ਮੁੰਡੇ ਨੇ ਆਪਸ ਵਿੱਚ ਦੂਜੇ ਨੂੰ ਜਾਣਦੇ ਨੇ, ਆਪਦੇ ਵਾਕਿਆ ਮੈਨੂੰ ਦੱਸਣ ਨਹੀਂ ਦਿੰਦੇ ਸੀ ਕੁੜੀ ਨੂੰ ਵੀ ਤੂੰ ਕੁੜੀ ਨੂੰ ਦੱਸਿਆ ਦੀ ਮਾਂ ਨੂੰ ਦੱਸਿਆ ਦੀ ਅਸੀਂ ਗੋਲੀਆਂ ਨਾਲ ਮਾਰ ਦੇਵਾਂਗੇ ਤੈਨੂੰ ਉਹ ਕਰਨ, ਇਹਨਾਂ 2-3 ਮਹੀਨੇ ਵੀ ਰੇਪ ਕਰ ਤੇ ਇਹਨਾਂ ਨਹੀਂ ਦੱਸਿਆ, ਮੁੜ ਇਹਨੂੰ ਆਉਂਦੇ ਫੋਨ ਕਰਦੇ ਸੀ ਇੱਥੇ ਆ ਇੱਥੇ ਆਇਆ, ਕੁੜੀ ਆਉਂਦੀ ਨਹੀਂ ਸੀ ਵੀ ਮਗਰ 20-25 ਕੁ ਬੰਦੇ ਬੋਲਦੇ ਸੀ, ਇਹਨੇ ਕੁੜੀ ਨੇ ਇਹ ਬੋਲਿਆ ਵੀ ਮੈਂ ਨਹੀਂ ਆ ਸਕਦੀ, ਮੈਂ ਆਪਦੀ ਮਾਂ ਨੂੰ ਦੱਸੂਗੀ ਤੇ ਇਹਨੇ ਅੱਗੂ ਗਾਲੀ ਕੱਢੀਆਂ ਵੀ ਉਹ ਗੰਦੇ ਪਿੱਲੇ ਲਫ਼ਸ ਬੋਲਦੇ ਸੀ, ਇਹਨੇ ਵੀ ਅੱਗੂ ਗਾਲਾਂ ਕੱਢੀਆਂ, ਉਹਨੇ ਆਖਿਆ ਤੇਰੀ ਮਾਂ ਦੇ ਕੋਲੋਂ ਹੁਣ ਅਸੀਂ ਚੱਕ ਕੇ ਲੈ ਆਵਾਂਗੇ, ਉਹ ਘਰ ਆ ਗਏ, ਮੈਂ ਖੇਤ ਗਈ ਹੋਈ ਸੀ, ਇਹਨੇ ਮੁੜ ਅੱਗੂ ਕੁੰਡਾ ਲਾ ਲਿਆ ਸੀ, ਹਾਂ ਮੁੜ ਕੁੜੀ ਮੈਨੂੰ ਦੱਸਿਆ ਤੇ ਮੈਂ ਮੁੜ ਫੋਨ ਕੀਤਾ ਤੇ ਮੈਨੂੰ ਆਂਦੇ ਬੁੱਢੀਏ ਤੂੰ ਇਹ ਗੱਲ ਕਿਉਂ ਕਰਦੀ ਪਈ, ਅਸੀਂ ਕਿਤੇ ਦੂਜੇ ਤੈਨੂੰ ਅਸੀਂ ਮਾਰ ਦੇਵਾਂਗੇ ਉਹ ਕਰ ਦੇਵਾਂਗੇ, ਮੈਂ ਆਖਿਆ ਅਸੀਂ ਚੌਕੀ ਬੈਠੇ ਆ, ਮੈਂ ਕੋਈ ਗੱਲ ਨੀ ਚੌਕੀ ਬੈਠੇ ਨੇ ਤਾਂ ਮੇਰੀ ਵੀ ਕੋਈ ਰੱਬ ਸੁਣੀ ਦਾ ਹੈ, ਇਹ ਨਾ ਪਹਿਲਾਂ 20-25 ਬੰਦਿਆਂ ਦੇ ਬਰ ਖਿਲਾਫ ਮੇਰੇ ਦਰਖਾਸਤਾਂ ਲਾਈਆਂ, ਬੜਾ ਕੁਛ ਇਹਨਾਂ ਕੀਤਾ, 3-4 ਮਹੀਨੇ ਹੋ ਗਏ ਨੇ ਸਦ ਕੇਸ ਲੱਗੇ ਨੂੰ, ਇਹ ਰੇਪ ਇੱਥੋਂ ਹੋਇਆ ਅੱਡੇ ਤੋਂ ਲੱਥੀ ਏ ਤੇ ਇਹਨਾਂ ਬਿਠਾਇਆ ਹੈ, ਸਾਂਝਾ ਰਾਹ ਲੱਗਦਾ ਸੀ ਤੇ ਇਹਨਾਂ ਬਿਠਾ ਤੇ ਦੁਫਾਨ ਦੀ ਕੋਠੀ ਕਮਰੇ ਲਿਆ ਹੋਇਆ ਸੀ ਇੱਥੇ ਲਾਧੂ ਕਮੰਡੀ ਉੱਥੇ ਲੈ ਗਏ ਸੀ, ਇਹ ਕੁੜੀ ਨੂੰ ਨਹੀਂ ਪਤਾ ਸੀ, ਉਹਦਾ ਤੇ ਇਹਨਾਂ ਦੱਸਣ ਨਾ ਦਿੱਤਾ ਤੇ ਦੂਜੀ ਵਾਰ ਕਰਨ ਲੱਗੀ ਹਿੱਲਾ ਤੇ ਇਹ ਬਸ ਮੇਰੀ ਕੁੜੀ ਘਰੇ ਦੱਸ ਦਿੱਤਾ, ਜੇ ਮੇਰੀ ਕੁੜੀ ਨਾ ਦੱਸਦੀ ਤੇ ਚੱਕ ਤੇ ਪਤਾ ਨੀ ਰੰਜ ਵਿੱਚ ਕਿੱਥੇ ਲੈ ਜਾਣਾ, ਇਹ ਇੱਕ ਦੁਫਾਨ ਪੰਜਾਬ ਪੁਲਿਸ 'ਚ ਲੱਗਾ ਹੋਇਆ, ਦੂਜਾ ਜਿਹੜਾ ਸੇਵਕ ਸਿੰਘ ਹੈ ਉਹ ਹੈਗਾ ਵੀ ਗੁੰਡਾਗਰਦੀ ਦਾ ਕੰਮ ਕਰਦਾ ਹੈ ਤੇ ਜਿਹੜਾ ਦੂਜਾ ਇੰਦਰਪਾਲ ਹੈ ਉਹ ਵੀ ਨਸ਼ੇ ਨੁਸ਼ੇ ਖਾਂਦਾ ਤੇ ਉਹ ਵੀ ਗੁੰਡਾਗਰਦੀ ਦਾ ਕਰਦਾ ਹੈ ਕੰਮ, ਇਹ ਆਖਿਆ ਵੀ ਅਸੀਂ ਬੁੱਢੀਏ ਤੂੰ ਕੇਸ ਚੱਕੇ ਦੀ ਤਾਂ ਅਸੀਂ ਤਾਂ ਤੈਨੂੰ ਮਾਰ ਦਿਆਂਗੇ, ਮੈਂ ਆਖਿਆ ਕੋਈ ਗੱਲ ਨੀ, ਆਖਿਰ ਤੇਰੀ ਮਾਂ ਦੇ ਕੋਲੇ ਚੱਕ ਲਿਆ ਤੇ ਮੈਂ ਕੋਈ ਗੱਲ ਨੀ ਮਾਰ ਦਿਓ, ਮਰਨਾ ਤਾਂ ਹੈ ਹੀ ਇੱਕ ਦਿਨ, ਇਹਨਾਂ ਮੁੜੇ ਹਥਿਆਰ ਸੱਟਦੇ ਫਿਰਦੇ ਸਾਡੇ ਪਿੰਡ ਵਿੱਚ ਸਾਰੇ ਪਾਸੇ, ਸਾਬਕਾ ਸਰਪੰਚ ਹਰਿਮੰਦਰ ਸਾਹਿਬ ਹੈਗਾ ਹੈ, ਇਹਨੇ ਕੁੜੀ ਨੇ ਆਖਿਆ ਵੀ ਮੈਨੂੰ ਇਹ ਨੀ ਦੱਸਣ ਦਿੰਦੇ ਤੇ ਮੈਂ ਦੱਸਣੀ ਹਰਿਮੰਦਰ ਸਾਹਿਬ ਤੇ ਉਹਦੇ ਪਾਪੇ ਜੀ ਨੂੰ ਦੱਸਣੀ ਆ, ਆਂਦੇ ਉਹ ਤਾਂ ਸਾਨੂੰ ਤਾਂ ਉਹਨੇ ਕੁਛ ਨੀ ਕਹਿਣਾ ਤੇ ਤੈਨੂੰ ਗੋਲੀਆਂ ਨਾਲ ਮਾਰ ਦੇਣਗੇ, ਇਹਨੇ ਇਹ ਧਮਕਾ ਹੀ ਰੱਖਿਆ ਸਾਨੂੰ 2-3 ਮਹੀਨੇ ਜੀ, ਅਸੀਂ ਭੱਜ ਭੱਜ ਤੇ ਬਹੁਤ ਕੁਝ ਕੀਤਾ, ਬਹੁਤ ਭਜਾਇਆ ਸਾਨੂੰ ਪੁਲਿਸ ਨੇ ਵੀ ਸਾਦਾ ਵੀ ਸਾਨੂੰ ਤਸਵੀਰੇ ਆਇਆ ਵੀ ਮਾਮਲਾ ਦਰਜ ਹੈ, 4 ਬੰਦਿਆਂ ਦਾ ਨਾਂ ਲਿਆ ਨੇ, ਅਣਛਪਾਤੀ ਕੁੜੀ ਕਿਹੜੀ ਜਨਾਨੀ ਅਸੀਂ ਰੱਖੀ ਸੀ ਉਹ ਕੱਢ ਦਿੱਤੀ ਨੇ, ਪਤਾ ਨੀ ਕੀ ਪਤਾ ਫਲਕੇ ਅਸੀਂ ਉਹ ਕਾਪੀ ਲਈ ਤੇ ਪਤਾ ਲੱਗੇ ਦਾ ਕਿਉਂ ਦੀ ਕਾਰਵਾਈ ਕਰਵਾਉਣਾ ਚਾਹੁੰਦੇ। ਉਧਰ SHO ਥਾਣਾ ਫਾਜ਼ਿਲਕਾ ਇਕਬਾਲ ਖਾਨ ਨੇ ਦੱਸਿਆ ਕਿ ਪੁਲਿਸ ਨੇ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਸਾਬਕਾ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
जबकि बाकी दो व्यक्तियों को भी जल्द ही गिरफ्तार कर लिया जाएगा। फाजिलका तो अजीत वैब टीवी लिए प्रदीप कुमार की रिपोर्ट। लड़की के बयान से ना मुकदमा दर्ज हो 165 नंबर मुकदमा है थाने सदर फाजिलका 376 डी वगैरह का वो चार बंद के खिलाफ मुकदमा दर्ज हो जिद दो दोषी असं गिरफ्तार कर लिया दोवों की गिरफ्तारी बाकी है जिन्होंने असं जल्द ही गिरफ्तार कर लड़की ने कहा भी मेरे न रेप किया इन्होंने नहीं तिना ने बंद ने रेप किया बाकी कई धमकियां दतिया उन्होंने मदद की है एक तो हैगी सरपंच सबका सरपंच है एक दूजे एक मुंडा होर है तो उन्होंने गिरफ्तारी हुई हाँ एक पंजाब पुलिस का मुलाजम ही है तूफान सिंह नाम तूफान सिंह हाँ तफ्तीश भी कर रहे हैं।